ਜਿਵੇਂ ਜਿਵੇਂ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਉਵੇਂ ਹੀ ਪੰਜਾਬ ਦਾ ਸਿਆਸੀ ਮਾਹੌਲ ਜਿਹੜਾ ਹੈ ਉਹ ਭਖਦਾ ਜਾ ਰਿਹਾ। ਹਾਲ ਕੀ ਹੈ, ਪ੍ਰੋਗਰਾਮ ਰਾਹੀਂ ਅੱਜ ਅਸੀਂ ਪਹੁੰਚੇ ਹਾਂ ਫਗਵਾੜਾ ਦੇ ਵਿੱਚ, ਜਾਣਾਂਗੇ ਲੋਕਾਂ ਦੀ ਰਾਏ ਕਿ ਆਖਿਰ ਪੰਜਾਬ ਦੇ ਵਿੱਚ ਉਹਨਾਂ ਦੇ ਹਿਸਾਬ ਦੇ ਨਾਲ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ। ਚੱਲਦੇ ਹਾਂ ਫਗਵਾੜਾ। ਸਤਿ ਸ਼੍ਰੀ ਅਕਾਲ ਜੀ, ਕੀ ਲੱਗਦਾ ਇਸ ਵਾਰ ਪੰਜਾਬ 'ਚ ਕਿਸ ਦੀ ਸਰਕਾਰ ਬਣੇਗੀ? ਆਮ ਆਦਮੀ ਦੀ। ਕਾਰਨ ਕੀ ਹੈ? ਕਿਉਂਕਿ ਇਹਨਾਂ ਨੇ ਯਾਨੀ ਕਿ ਇਹਨਾਂ ਦਾ ਰਾਜ ਵਧੀਆ ਨਹੀਂ ਹੈਗਾ, ਇਸ ਕਰਕੇ ਇਹਨਾਂ ਨੇ ਆਮ ਆਦਮੀ ਦੀ ਸਰਕਾਰ ਆਊਗੀ, ਕਿਉਂਕਿ ਭਗਵੰਤ ਮਾਨ ਵਧੀਆ ਬੰਦਾ ਆ ਅਤੇ ਉਹ ਪੰਜਾਬ ਨੂੰ ਤਰੱਕੀ ਦੇ ਸਕਦਾ ਅਤੇ ਇਸ ਕਰਕੇ ਆਮ ਆਦਮੀ ਨੂੰ ਵੋਟ ਪਾਉਣੀ ਚਾਹੀਦੀ ਆ। ਕਿਉਂਕਿ ਇਹਨਾਂ ਨੂੰ ਆਪਾਂ ਨੂੰ 35-40 ਸਾਲ ਹੋ ਗਏ ਆ, ਪਹਿਲਾਂ ਅਕਾਲੀ ਦਲ ਫਿਰ ਕਾਂਗਰਸ, ਤਾਂ ਆਪਾਂ ਨੂੰ ਤੀਜੇ ਨੂੰ ਮੌਕਾ ਦੇਣਾ ਚਾਹੀਦਾ ਨਾ, ਕਿਉਂਕਿ ਜਿਹੜਾ ਇਮਾਨਦਾਰ ਆ ਅਤੇ ਇਸ ਕਰਕੇ ਭਗਵੰਤ ਮਾਨ ਨੂੰ ਜਿਤਾਉਣਾ ਚਾਹੀਦਾ। ਤਕਰੀਬਨ ਜਿੱਤਿਆ ਹੀ ਆ ਮੇਰੀ, ਮੈਂ ਤਾਂ ਇਹੀ ਕਹੂੰਗਾ। ਫਗਵਾੜੇ 'ਚੋਂ ਜਿੱਤੇ ਜਾਣਗੇ? ਫਗਵਾੜੇ ਦਾ ਹਾਂਜੀ ਕਹਿ ਸਕਦੇ ਹਾਂ, ਕਿਉਂਕਿ ਜੋਗਿੰਦਰ ਸਿੰਘ ਮਾਨ ਵਧੀਆ ਆ, ਹਾਂਜੀ ਜਿੱਤ ਸਕਦੇ ਆ। ਠੀਕ ਹੈ, ਬਹੁਤ ਬਹੁਤ ਧੰਨਵਾਦ। ਇੱਥੇ ਸਾਡੇ ਨਾਲ ਮਾਤਾ ਜੀ ਵੀ ਨੇ, ਕੀ ਲੱਗਦਾ ਕੀ ਹੋਇਆ? ਨਹੀਂ, ਕੀ ਲੱਗਦਾ ਇਸ ਵਾਰ ਪੰਜਾਬ 'ਚ ਕਿਸ ਦੀ ਸਰਕਾਰ ਆਏਗੀ? ਭਰਾਵਾ ਆਪਾਂ ਨਹੀਂ ਦੇਖਦੇ ਨਿਊਜ਼, ਮੇਰਾ ਹਾਸਾ ਨਿਕਲ ਆਉਣਾ ਬੇਟਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ, ਮੂਵੀ ਬਣ ਗਈ, ਬਣ ਗਈ ਹੈ ਨਾ, ਬਣ ਗਈ ਬਿਲਕੁਲ। ਪਰ ਠੀਕ ਹੈ ਨਾ, ਜੋ ਵੀ ਬਣੇ ਵਧੀਆ ਕਰੇ ਕੰਮ। ਬਸ ਉਹੀ ਕਈ ਨਾ ਕਹਿੰਦੇ ਹੁੰਦੇ ਨਾ ਵੀ ਜਿਹੜਾ ਜਿੱਤੂਗੇ ਕੰਮ ਤਾਂ ਕਰਨ ਨਾ ਸਾਡਾ। ਮੈਨੂੰ ਉਸ ਦਿਨ ਵੀ ਫੋਨ ਆਇਆ ਸੀ ਕਿਸੇ ਦਾ, ਵੋਟਾਂ ਵਾਲਿਆਂ ਦਾ ਹੀ, ਤਾਂ ਮੈਂ ਕਿਹਾ, ਮੈਂ ਕਿਹਾ ਵੋਟਾਂ ਜ਼ਰੂਰ ਪਾਵਾਂਗੇ ਜੀ ਸਦਕੇ, ਸਾਨੂੰ ਵੱਲ ਖੁਸ਼ੀ ਆ, ਪਰ ਮੈਂ ਕਿਹਾ ਸਾਡੇ ਬੱਚੇ ਇੰਨਾ ਨਾ ਪੜ੍ਹ ਕੇ ਨਾ ਧੱਕੇ ਖਾਂਦੇ ਪਏ, ਕਿਸੇ ਨੂੰ ਜੋਬ ਨਹੀਂ ਮਿਲੀ, ਸਾਨੂੰ ਇਹ ਸਹੂਲਤਾਂ ਦਿਓ, ਹੈ ਨਾ, ਠੀਕ ਹੈ ਕਿ ਨਹੀਂ? ਅਸੀਂ ਤਾਂ ਖੁਸ਼ ਹਾਂ, ਜੇ ਇਹ ਵੋਟਾਂ ਲੈ ਕੇ ਖੁਸ਼ ਹੈ ਅਸੀਂ ਤਾਂ ਖੁਸ਼ ਹਾਂ, ਸਾਡੇ ਬੱਚੇ ਮਹਿੰਗਾਈ ਇੰਨੀ ਹੋਈ ਜਾਂਦੀ ਹੈ। ਬਸ ਸਾਨੂੰ ਤਾਂ ਇਹ ਹੈ ਵੀ ਸਾਡੇ ਇੱਕ ਘਰ ਦੇ ਇੱਕ ਮੈਂਬਰ ਨੂੰ ਆ ਕੇ ਸਾਡਾ ਐਡਰੈਸ ਲੈਣ ਅਤੇ ਸਾਡੀ ਜੋਬ ਦੇ ਦੇਣ। ਬਸ ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਬਾਬਾ ਜੀ, ਕੀ ਲੱਗਦਾ ਇਸ ਵਾਰ ਪੰਜਾਬ 'ਚ ਕਿਸ ਦੀ ਸਰਕਾਰ ਬਣੇਗੀ? ਸਾਨੂੰ ਤਾਂ ਆਪ ਨਹੀਂ ਲੱਗਦੀ, ਆਪ ਦੀ ਬਣੂਗੀ। ਇੱਥੇ ਫਗਵਾੜਾ ਦੇ ਵਿੱਚ ਕੀ ਲੱਗਦਾ ਹੈ ਕਿ ਕੌਣ ਬਣੇਗਾ? ਫਗਵਾੜੇ ਦੇ ਵਿੱਚ ਆਪਣਾ ਜੋਗਿੰਦਰ ਸਿੰਘ ਮਾਨ ਨੂੰ ਤਾਂ ਵੋਟ ਪੈਣੀ ਨਹੀਂ, ਜੋਗਿੰਦਰ ਸਿੰਘ ਮਾਨ ਨੂੰ ਤਾਂ ਵੋਟ ਪੈਣੀ ਨਹੀਂ, ਜਿੱਤੂਗਾ ਆਪ ਵਾਲਾ ਹੀ, ਬਸ ਸਾਨੂੰ ਇੰਨਾ ਪਤਾ, ਆਪ ਵਾਲਾ ਜਿੱਤੂਗਾ। ਜੋਗਿੰਦਰ ਸਿੰਘ ਮਾਨ ਹੀ ਨੇ ਆਪ ਦੇ? ਉਹ ਆਪ ਦੇ ਤਾਂ ਹੈਗੇ ਆ, ਲੇਕਿਨ ਕੇਸਰੀਵਾਲ ਨੂੰ ਵੋਟ ਪੈਣੀ ਨਾ, ਭਗਤ ਮਾਨ ਨੂੰ ਵੋਟ ਪੈਣੀ ਹੈ, ਕਿਉਂਕਿ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਹੀ ਪੈਣੀ ਹੈ, ਬਿਜਲੀ ਦੇ ਬਿੱਲ ਉਹ ਕਹਿੰਦਾ ਮਾਫ਼ ਕਰੂੰਗਾ, ਸਭ ਕੁਝ ਕਰੂੰਗਾ, ਇਸ ਕਰਕੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਪੰਜਾਬ 'ਚ ਇਸ ਵਾਰ ਕਿਸ ਦੀ ਸਰਕਾਰ ਬਣੇਗੀ? ਪੰਜਾਬ 'ਚ ਸਰਕਾਰ, ਮੈਂ ਤਾਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਦੱਸਿਆ ਸੀਗਾ ਕਿ ਥੋੜ੍ਹਾ ਜਿਹਾ ਇੱਕ ਦੋ ਦਿਨ ਰੈਲੀਆਂ ਜੀਆਂ ਸ਼ੁਰੂ ਹੋ ਲੈਂਦੋ, ਰੁਝਾਅ ਦੇਖਦੇ ਹਾਂ ਕਿੱਧਰ ਨੂੰ ਲੋਕਾਂ ਦਾ, ਕਿਉਂਕਿ ਆਪਾਂ ਅਸੀਂ ਪਾਰਟੀਕੁਲਰ ਐਤਕੀ ਵੋਟ ਨਹੀਂ ਦੇਣੀ ਕਿਸੇ ਨੂੰ, ਰੁਝਾਨ ਦੇਖਾਂਗੇ, ਦੇਖਾਂਗੇ ਕਿਹੜਾ ਚਿਹਰਾ ਵਧੀਆ ਲੱਗਦਾ ਆਪਾਂ ਨੂੰ, ਜਿਹੜਾ ਆਪਾਂ ਨੂੰ ਇਮਾਨਦਾਰ ਲੱਗੂ, ਕੰਮ ਕਰਨ ਵਾਲਾ ਲੱਗੂ, ਕਿਉਂਕਿ ਅੱਜ ਤਾਂ ਜਿੰਨੇ ਆਏ ਆ ਸਭ ਡਾਵਾਂ ਡੋਲੇ ਹੀ ਹੋ ਜਾਂਦੇ ਮੁੜ ਕੇ, ਜਾਂ ਕੁਛ ਟਿਕਦੇ ਆ ਜਾਂ ਕੁਛ ਟਿਕਣੋਂ ਹੀ ਹਟ ਜਾਂਦੇ ਆ ਜਾਂ ਪੈਸੇ ਲੈ ਕੇ ਬਹਿ ਜਾਂਦੇ ਆ, ਆਪਾਂ ਦੇਖਦੇ ਹਾਂ ਰੁਝਾਨ ਹਜੇ ਕੀ ਬਣਦਾ ਵਾ। ਤੁਸੀਂ ਇੱਕ ਵਪਾਰੀ ਹੋ, ਬਿਜ਼ਨਸਮੈਨ ਹੋ, ਹੈ ਨਾ, ਵਪਾਰੀਆਂ ਦੇ ਲਈ ਕਿਸੇ ਵੀ ਸਰਕਾਰ ਨੇ ਕੋਈ ਵੀ ਗਰੰਟੀ ਨਹੀਂ ਦਿੱਤੀ ਹੈਗੀ, ਕੀ ਕਹੋਗੇ ਵੀ ਗਰੰਟੀ ਲੈ ਕੇ ਆਉਣੀ ਚਾਹੀਦੀ ਹੈ ਕੋਈ? ਨਹੀਂ, ਇਹ ਆਉਣੀ ਵੀ ਨਹੀਂ, ਗਰੰਟੀ ਦੇ ਦੂਗੇ ਪਹਿਲਾਂ ਦਊਗੇ ਬੋਰਡ ਤੋਂ ਪਹਿਲਾਂ, ਮੁੜ ਕੇ ਕੋਈ ਗਰੰਟੀ ਨਹੀਂ, ਅੱਜ ਤਾਈਂ ਸਾਡੀ ਉਮਰ ਵੀ 45 ਸਾਲ ਦੀ ਹੋ ਚੱਲੀ ਆ, ਕਦੀ ਗੌਰਮੈਂਟ ਨੇ ਵਪਾਰੀਆਂ ਲਈ ਕੋਈ ਫਾਇਦਾ ਲੱਭਿਆ ਨਹੀਂ ਅੱਜ ਤਾਈਂ, ਠੀਕ ਹੈ ਨਾ। ਅਤੇ ਗੱਲ ਇਹ ਕਰਦੇ ਹਾਂ ਕਿ ਅਸੀਂ 3 ਮਹੀਨੇ ਬਾਅਦ GST ਦਿੰਦੇ ਹਾਂ, ਅਸੀਂ 1 ਸਾਲ 2 ਸਾਲ ਕਰੋਨਾ ਕਾਲ 'ਚ ਬੈਠੇ ਘਰ, ਸਾਨੂੰ ਇੱਕ ਵਾਰੀ ਵੀ ਆਣ ਕੇ ਕਿਸੇ ਨੇ ਪੁੱਛਿਆ ਨਹੀਂ ਵੀ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈਗੀ ਜਾਂ ਨਹੀਂ, ਜਦਕਿ ਵਪਾਰੀ ਬੰਦਾ ਦੇਖਣ ਨੂੰ ਲੱਗਦਾ ਹੁੰਦਾ ਅੰਦਰੋਂ ਬਹੁਤ ਤੰਗ ਹੁੰਦਾ ਵਾ, ਉਹਦੀ ਚੱਲਦੀ ਚਾਲ ਨਾਲ ਚਾਲ ਚੱਲਦੀ ਆ, ਬਹਿਣ ਨਾਲ ਚਾਲ ਉਹਦੀ ਖਤਮ ਹੋ ਜਾਂਦੀ ਇੱਕਦਮ ਹੀ ਬੰਦਾ, ਇਸ ਕਰਕੇ ਇਸ ਗੱਲ ਨੂੰ ਤਾਂ ਭੁੱਲੇ ਹੀ ਜਾਓ ਤੁਸੀਂ ਕਿ ਸਾਨੂੰ ਕੋਈ ਫਾਇਦਾ ਮਿਲੂਗਾ ਕਿਸੇ ਗੌਰਮੈਂਟ ਤੋਂ, ਉਹ ਛੱਡ ਦਿਓ, ਉਹ ਅਸੀਂ ਆਪਣੇ ਇੰਟਰਸਟ ਲਈ ਵੋਟ ਪਾਉਣੀ ਆ, ਉਹ ਦੇਖਾਂਗੇ ਕਿਹੜਾ ਚਿਹਰਾ ਆਪਾਂ ਨੂੰ ਵਧੀਆ ਲੱਗਦਾ ਉਹਦੇ ਲਈ ਵੋਟ ਪਾਵਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਕੀ ਕਹਿਣਾ ਇਸ ਦੇ ਬਾਰੇ? ਬਿਲਕੁਲ, ਮੈਂ ਭਾਜੀ ਦੇ ਨਾਲ ਸਹਿਮਤ ਹਾਂ ਜੀ, ਜੋ ਉਹਨਾਂ ਨੇ ਕਿਹਾ ਦੇਖਾਂਗੇ ਰੁਝਾਨ ਕਿੱਧਰ ਦੀ ਤਰਫ, ਆਪਾਂ ਉਸ ਨਾਲ ਚੱਲਾਂਗੇ ਜੀ। ਰੁਝਾਨ ਦੇ ਵੱਲ ਜਾਊਂਗੇ ਕਿ ਇਹ ਦੇਖੂਗੇ ਕਿ ਪੰਜਾਬ ਦੇ ਲਈ ਸਰਕਾਰ ਕਿਹੜੀ ਸਹੀ ਹੈ? ਚਿਹਰਾ ਦੇਖਾਂਗੇ ਕਿਹੜਾ ਚਿਹਰਾ ਲੱਗਦਾ ਇਮਾਨਦਾਰ, ਜਿਹੜਾ ਉਹ ਦੇਖਾਂਗੇ, ਹੈਗੇ ਚਿਹਰੇ ਇੱਕ ਦੋ ਮਾਈਂਡ ਦੇ ਵਿੱਚ, ਪਰ ਦੇਖਾਂਗੇ ਹਜੇ ਕੀ ਰੁਝਾਨ ਉਹਨਾਂ ਦਾ ਬਣਦਾ, ਕਮਿਟਡ ਕੁਛ ਕਰਾਂਗੇ ਉਹਨਾਂ ਨਾਲ, ਫਿਰ ਆਪਾਂ ਦੇਖਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਇੱਥੇ ਲੋਕਾਂ ਨੇ ਆਪਣੀ ਰਾਏ ਦੇ ਰਹੇ ਨੇ, ਪਰ ਫਗਵਾੜਾ ਦੇ ਹੋਰ ਲੋਕਾਂ ਤੋਂ ਵੀ ਉਹਨਾਂ ਦੀ ਰਾਏ ਜਾਣ ਲੈਂਦੇ ਹਾਂ, ਚੱਲਦੇ ਹਾਂ ਅੱਗੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ। ਦੇਸ਼ ਦੇ ਵਿਕਾਸ ਨੂੰ ਹਮੇਸ਼ਾ ਪ੍ਰਮੁੱਖ ਰੱਖ ਕੇ ਚੱਲਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜੋ ਨਰਿੰਦਰ ਭਾਈ ਮੋਦੀ ਜੀ ਦੇ ਨੇਤਰਤਵ ਵਿੱਚ
पिछले 8 साल तो इस देश दे लोगों की तरक्की लिए काम कर रही है। वो जो उन्हां दीआं देश प्रति नीतियां देश नूं मजबूत करन दीआं नीतियां लोगों के विकास दीआं नीतियां निरंतर चल रही हैं, लेकिन पंजाब दे विच पिछले 5 साल तो कांग्रेस की सरकार होने करके पंजाब दे लोगों नूं उन्हां नीतियां का कोई अज तक फायदा नहीं मिल सकिया। साढ़े कोलों अपना भविष्य सुधारन लई पंजाब कोल अज एक मौका 2022 दे विच आया है। असी पंजाब लोग कांग्रेस भारतीय जनता पार्टी संयुक्त अकाली दल दे हर उम्मीदवार नूं जिथे जिथे भी पंजाब 117 सीटां दे खड़े ने उन्हां नूं जिता के पंजाब नूं देश दे नाल जोड़िए, पंजाब नूं नरेंद्र मोदी जी दीआं नीतियां दे नाल जोड़िए ताँ कि साडा भी विकास उस तरह हो सके जिदा दूसरे दे प्रदेशां दे विच जिथे जिथे भारतीय जनता पार्टी सरकार है उन्हां दे लोकां दा विकास हो रहा। फगवाड़े तो साढ़े माननीय विजय सांपला जी जो पूर्व दे विच केंद्रीय मंत्री भी सी ST ST कमीशन दे चेयरमैन ने एक नामी चेहरा एक जाणिया पछाणिया चेहरा जिहड़ा फगवाड़े दे लोकां लई पहलां भी अपने सांसद समय दे विच जिन्हां ने बहुत विकास कराया, आओ सारे रल मिल के श्री विजय सांपला जी नूं अपना एक एक कीमती वोट पा के कामयाब करिए ताँ कि साडा प्रदेश साडा फगवाड़ा भारतीय जनता पार्टी दे नाल चल के इस देश दे नाल चल के अपने आप नूं ऊंचाइयां दी लकीरां ते लैके जावे। धन्यवाद। हाँ जी, अज बड़ी खुशी का माहौल है जो BJP ने एक बहुत ही ईमानदार चेहरा मैदान च उतारिया विजय सांपला जी। इन्हां दी इन्नी ईमानदारी है कि ईमानदारी जिन्हां कोई शक नहीं कर सकता। SC ST कमीशन रहे आ, उन्होंने फगवाड़े बहुत काम कराए, पासपोर्ट दफ्तर बनवाया, उस तो बाद रेलवे स्टेशन से पार्सल कर बनवाया। जिहड़े व्यापारी लुधियाना जलंधर माल बुक कराने चाहते थे हुण उन्होंने फगवाड़े सहूलत मिल गई है। इस तो बाद इन्होंने पुल बनवाया। जिहड़ा फगवाड़े शहर का जिहड़ा पुल का मसला सी बहुत वड्डा मसला सी, कई सरकार आई गई पर जो काम सांपला साहब ने किए वह कोई नहीं कर सकता। हुण फगवाड़ा जब तुम पुल के उत्ते चढ़ते इदा लगता जिदा कि ना असी इंग्लैंड घूम रहे हैं। कहने का मतलब यह कि मैं यही कहूँगा कि सांपला साहब बहुत बड़े ईमानदार आ और इन्हों वोटा पा के बद तो बद इन्हों जिताओ। जो साढ़े फगवाड़े अधूरे काम रह गए आ जिदा जिला बनाना रह गया वा तो होर भी जोड़ी काम आ वो सांपला साहब के थ्रू करवाइए और उदों ही हो सकते जो सांपला साहब साढ़े विधानसभा फगवाड़ा इलैक्शन जितन। मैं बलबद्दर सिंह दुग्गल फगवाड़ा, मैं दसना चाहता फगवाड़े की जनता को कि भारतीय जनता पार्टी ने पंजाब विधानसभा चोणों लई अपनी सरकार बनाने लई साडे इलाके विजय सांपला जी सबका केंद्रीय राज मंत्री चेयरमैन SC ST कमीशन इंडिया ऑल इंडिया खड़ा किया। भारतीय जनता पार्टी सरकार जी लोगों को जो कहती है वो करके दिखाती है, जिवें कि मोदी जी ने 370 धारा तोड़ी राम मंदिर बनाया। इस तरह फगवाड़े का विकास जरा देश की आजादी के बाद चाहे कांग्रेस कितने भी MLA बने हैं साढ़े भाजपा के MLA ने पुल बनाए, हस्पताल बनाए, बस अड्डे बनाए, जिन्ना भी फगवाड़े का विकास है लोगों की जरूरत लिए भाजपा ने किया। और आने वाले समय में विजय सांपला जी MLA बन के पंजाब जाएंगे और फगवाड़े का विकास दिन चुकनी रात चुकनी तरक्की करेंगे। मैं फगवाड़े की जनता को अपील करता कि अपना एक एक वोट कमल के फुल दे 20-30 नूं पा के भारी वोटों में जाओ। मैं अनुराग मन हो गया शुरू हाँ जी हाँ जी मैं अनुराग मनखंड फगवाड़ा का वसनीक हाँ। तो मैं ये कहना चाहूँगा कि इतने जो भारतीय जनता पार्टी ने चेहरा उतारिया है श्री विजय सांपला जी एक बहुत ही अच्छा चेहरा है, क्योंकि जिन्ना कि असी देख रहे हैं कि फगवाड़े दे विच पहले भी जो इतने विधायक रहे हैं भाजपा के श्री सोम प्रकाश जी, उन्होंने पहले चौधरी सुरना राम जी, तो फगवाड़ा शहर के विकास जिन्ना भी अज तक होया वो भाजपा ने ही कराया है। चाहे वह सिविल हॉस्पिटल हो, चाहे वह मल्टी स्टोरी पार्किंग होवे, चाहे वह ऑडिटोरीयम हो, चाहे वह सीवरेज नालिया की गल्ला होन, सड़कों की गल्ला होन, चाहे वह नवीं जिहड़ियां हाई मास्क लाइटा की गल होन, ते जो पुल एलिवेटेड पुल जो श्री सांपला जी ने फगवाड़ा शहर में देने दी सी पासपोर्ट ऑफिस, तो मैं यही कहांगा कि एक वोटर होने के नाते मैं उही सरकार चूज़ करूँगा जिहड़ी एक समाजिक बदलाव की गल करती है, सोशल रिफॉर्म की गल करती है, तो समाज को तंदुरुस्त ताकत दिंदी है। तो मैनू विजय सांपला जी दे विच वो सारे गुण नज़र आते हैं कि जो एक मेरे फगवाड़ा शहर के यूथ नूं
ते मेरे फगवाड़े शहर के बजुर्गों ते मेरे फगवाड़े शहर दिया मावां नू महिलावां नू हर वो चीज़ प्रदान कर सकते हैं एक सेवादार के रूप के विच। ते मैं यही कहांगा कि जिहड़ी मेरी वोट है वह कमल दे फुल नू जाएगी। तो मैं उम्मीद है कि सांपला जी फगवाड़ा शहर लई हमेशा एक नवा मॉडल प्रस्तुत करेंगे जो साड़ियाँ बेसिक जरूरत ने ग्राउंड लैवल दियाँ वो पूरी करेंगे। एज आ एम पी भी वो करते रहे हैं तो एज आ जो हम खड़े ने इलैक्शन जीत के भी वो साढ़े फगवाड़ा शहर में फगवाड़ा हल्के पिंड भी एक नवा मॉडल देंगे जिन्होंने कहते हैं कि जो साड़ियाँ जरूरत ने। सत श्रीकाल जी। सत श्रीकाल जी। की लगता है इस बार पंजाब दे विच केड़ा मुख्यमंत्री बन जा रहे हैं? इस वे मैडम है तो रोड़ा ही है, कोई पता लगना की है, पता दिनों में लगना, रात को पता लगना की होया तो सवेरे की होया। वोटा तो एक दिन पहला, एक दो दिन पहले हफ्ता भर जो अगर बोतल पहुँच जानिया खाण पीन माल पहुँच जाना तो उधर कहते मैं धारीवाल है ये चलनी है ये हजे कोई पता नहीं लगना की होना ये दिनों तो बिच बाद पता लगना एक हफ्ते बाद पता लगना कि मुद्दा तेज आना है। सरकार तो की मंग करते हो? असी कहते सरकार गौरमेंट वास्ते सड़क सोहनिया बना दे बंदे रहन पानी खरा आवे गल्लां बातां रोटी पानी बंदा अपनी सही तरह खावे यही अस चाहते हैं कि ठीक ठाक दुनिया खुश रहे महार रहे बस अभी खुशी दुनिया देखना चाहते। फगवाड़ा तो की लगता कौन जितेगा? फगवाड़ा तो है तो रोला ही है जी, रोला तो बहुत है धारीवाल का धारीवाल का धारीवाल का अगो देखो बाजी कि हाथ आ रही है ये टॉस किया तो पता लगना कि सवेरे बारी कि राती कुछ होना तो रातों रात इन्हें बदल लेना। असी अपनी लाइफ 60 साल की उम्र से यही कुछ देखा मैं कि पता लगना अज हफ्ते की अगले हफ्ते की आ जाना अजे वोटर पे 15 दिनों बाद पता लगना कि किले की कहना। बाकी परमात्मा मेहर करे जिन्हें काम किए हैं वो जितते मेरी। सत श्रीकाल जी। सत श्रीकाल जी। की लगता है पंजाब च इस बार सरकार किसकी बनने वाली है? देखो इस बार तो उम्मीद आप दी है जी आप हाँ जी फगवाड़ा दे विच बाकी नु मुक्के सारे ने किन्ने साल दिते इस बार इन्हां नु देना चाहिए जी। हाँ जी फगवाड़ा दे लोकां दी एक मंग की है जिस जिस नु कहो कि फगवाड़ा दे लोक काफ़ी लंबे समय तो मंग कर रहे हैं? बाकी यह वा भी सारा काम बिजनेस वधिया चलन लोगों नु बच्चों नु नौकरी मिले करप्शन घटे यही चीज़ों के मुद्दे है जी। फिलहाल मुठ बंदा जी किसी कोई जजमेंट नहीं कोई प्रेडिक्शन नहीं है इस चीज के बाकी हर कोई अपना पॉजिटिव होकर सोच रहा है जी हर कोई पॉजिटिव कोई भी कैंडीडेट है पॉजिटिव होकर चल रहा है बाकी रेस्ट डिपेंड अपॉन गॉड। तुसी व्यापारी हो व्यापारियों के लिए किसी भी सरकार ने अजे तक कोई गरंटी नहीं दी है सब तो बड़ा टैक्स पेयर होंगे व्यापारी। मैं तुहाडी गल नूं इंटरप्ट कर रहा है जी ये दसो जो चार कैंडीडेट या पांच कैंडीडेट फगवाड़े तो खड़े हुए हैं गरंटी कौन दे रहा व्यापार लाइन के पहले गल नूं क्लीयर करो पहले मैंने इस चीज़ मैं उही गल कर रही हूं भी नहीं साडे फेथफुल कोई नहीं हैगा जी। हाँ जी मैं उही कह रही हूं कि किसी ने दी नहीं गरंटी फेथफुल नहीं हैगा जी कोई इस जस्टिफाई नहीं हैगा इस इस करके कोई प्रेडिक्शन नहीं हैगी जी बाकी मौके दी जाके तो देखो जी 20 तारीख नूं की रिजल्ट निकलता। की लगता है कि पंजाब दे विच इस बार किसकी सरकार बनेगी? कोई भी नहीं बननी कोई भी नहीं बननी खिचड़ी खिचड़ी बनेगी खिचड़ी बिल्कुल खिचड़ी तो पंजाब दा की हाल होएगा? वो तो पता ही है कि रब रखा ही है पंजाब दा पर कितना का सही होएगा फिर पंजाब गलत होएगा बिल्कुल सरकार जेडी पब्लिक बहुत नुकसान च रहेगी इहदे नाल। की लगता है कि वैसे तुहानू की लगता है कि तुहाडियां इत्थों फगवाड़े दियां जिहड़ियां मुख मंगां की ने तुसीं फगवाड़े दे जिहड़े मंत्री होणगे उन्हां तों की मंग करोगे? ਸਾਡੀ ਕੋਈ ਮੰਗ ਨਹੀਂ ਅਸੀਂ ਇਸ ਤਰ੍ਹਾਂ ਹੀ ਰਹਿਣਾ ਜਿਸ ਤਰ੍ਹਾਂ ਪਹਿਲਾਂ ਰਹਿੰਦੇ ਇਸ ਤਰ੍ਹਾਂ ਹੀ ਰਹਿਣਾ ਜਿਹੜਾ ਮਰਜ਼ੀ ਆ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਣਾ। ਤੁਸੀਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਇਸ ਵਾਰ ਕੋਈ ਇੱਕ ਸਰਕਾਰ ਬਣ ਜਾਏਗੀ? ਨਹੀਂ ਮੈਡਮ ਨਹੀਂ ਲੱਗਦਾ ਜੀ ਨਹੀਂ ਲੱਗਦਾ। ਹਾਂਜੀ ਕੁਛ ਖਿਚੜੀ ਬਣੀ ਲੱਗਦੀ ਹੈ ਤੇ ਪੰਜਾਬ ਲਈ ਕਿੰਨਾ ਕੁ ਸਹੀ ਹੋਏਗਾ ਫਿਰ? ਮੈਡਮ ਮੇਰੇ ਹਿਸਾਬ ਨਾਲ ਤਾਂ ਇੱਕ ਪਾਰਟੀ ਚਾਹੀਦੀ ਹੈ ਜਿਹੜੀ ਸਾਂਝਾ ਮਤਲਬ ਕੰਮ ਕਰ ਸਕੇ। ਹਾਂਜੀ ਇੱਕ ਪਾਰਟੀ ਹੋਵੇ ਉਹ ਕੰਮ ਕਰ ਸਕੇ ਸਾਰੀ ਪਾਰਟੀ ਇੱਦਾਂ ਹੋਊਗੀ ਤਾਂ ਉਹਦਾ ਕੁਛ ਮਤਲਬ ਨਹੀਂ ਹੈਗਾ ਜੋ ਤੁਹਾਨੂੰ ਫਗਵਾੜੇ ਲਈ ਕੁਝ ਮੰਗਾਂ ਹੁੰਦੀਆਂ ਨੇ ਲੋਕਾਂ ਦੀਆਂ ਹੈ ਨਾ ਤੁਹਾਡੇ ਫਗਵਾੜੇ 'ਚ ਕਿੰਨੀ ਕੁ ਡਿਵੈਲਪਮੈਂਟ ਹੋਈ ਹੈ ਜਾਂ ਤੁਸੀਂ ਹੋਰ ਕੀ ਚਾਹੁੰਦੇ ਹੋ? ਮੈਡਮ ਇੱਕ ਬਾਜ਼ਾਰਾਂ 'ਚ ਪਾਣੀ ਖੜਦਾ ਆ ਗਊਸ਼ਾਲਾ ਬਾਜ਼ਾਰ 'ਚ ਪਾਣੀ ਖੜਦਾ ਆ ਇੱਕ ਤਾਂ ਉਹ ਮੇਨ ਪ੍ਰੋਬਲਮ ਆ ਅਤੇ ਇੱਕ ਕੁਛ ਲੋਕ ਇਹਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੇ ਆ ਜ਼ਿਲ੍ਹਾ ਬਣਨਾ ਚਾਹੀਦਾ ਜੀ ਜੇ ਇਹ ਹੋ ਜਾਵੇ ਤਾਂ ਬਹੁਤ ਵਧੀਆ ਜੀ। ਹਾਂਜੀ
लंबे समय तो जिदा असीं सारे जानते हैं कि फगवाड़ा नूं जिला बनाउण दी मंग उठ रही है, पर इस नूं किसी भी सरकार दे वल्लों हाले तक मन्निया नहीं गया। देखते हैं कि अगलियां सरकारां इस नूं जिला बनाउंदियां ने कि नहीं। चलते हैं अगे, होर भी लोगों के नाल गलबात करते हैं। मैं भारती शर्मा, स्टेट सैकटरी बीजेपी महिला मोर्चा। अज असी शहर वासियों के अगे अपील करन लई आए हैं कि भारतीय जनता पार्टी नूं अपना कीमती वोट पा के सफल बनाओ। साडे कैंडीडेट ने श्री विजय सांपला जी, जिन्हां ने इत्थे शहर का बहुत ही विकास करवाया, पार्सल ऑफिस बनवाया ता कि जिहड़े लोग जलंधर और लुधियाने जांदे सीगे उन्हां नूं अपने पार्सल उत्थे लैके जाने पैंदे सी, उन्हां ने इत्थे स्टेट रेलवे स्टेशन दे पार्सल ऑफिस का निर्माण करवाया। उस तों बाद उन्होंने जी इत्थे रेल गड्डियां दा स्टॉपेज लगवाया कि लोगों नूं दूर दराज जाण लई जिद्दां कि वो जाते स्टॉपेज करवाए, और उन्होंने एलीवेटेड पुल बनवाया जो कि पहला मिट्टी का बनने वाला सी, उन्होंने उत्थे अपील करवा के इसनों एलीवेटेड पुल बनवाया। असी चाहते हैं कि सारे फगवाड़ा वासी विजय सांपला जी नूं अपना कीमती वोट पा के सफल बनाओ। मैं चंदा मिश्रा MC, मैं फगवाड़े सारे अपने फगवाड़ा वासियों को यही कहना चाहती हाँ कि साडे कमल दे फुल दे कैंडीडेट श्री विजय सांपला जी नूं अपना एक एक वोट दिओ ते उन्हां नूं जिताओ। उन्होंने फगवाड़े दे विच बहुत ही वधिया काम किए आ ते सानू बहुत अच्छा रिस्पोंस मिल रहा। उन्होंने पासपोर्ट दफ्तर बनवाया, पुल बनवाया, तो उन्होंने बहुत विकास के काम किए हैं। तो मैं जनता को यही अपील करती हाँ, फगवाड़ा वासियों को यही अपील करती हाँ कि 20 तरीक कमल के फुल से एक एक वोट पा के उन्होंने विजयी बनाओ तो फगवाड़ा दे विच अपने विकास का काम करवाओ। सेंटर दे विच साढ़े मोदी साहब ने, तो मैं ये चाहनी हाँ कि कमल के फुल खिलाइए तो सेंटर तो पैसे लेके अपने फगवाड़े का विकास करवाइए। भारतीय जनता पार्टी जनता। जय भीम, जय भारत। मैं लक्की सरवटा, डिस्ट्रिक्ट जनरल सैकटरी। मेरे नाल अशोक आदिया जी, साढ़े फगवाड़े तो साढ़े बहुत ही सत्कारयोग आदरणीय श्री विजय सांपला जी, जो कि हलका विधानसभा फगवाड़ा दे विच वोटा ते खड़े हुए ने। मैं सारे वोटरां नूं और पूरे शहर नूं बेनती करदा वां कि 20 तरीक नूं आने वाली चोणां दे विच श्री विजय सांपला जी नूं एक एक वोट कमल दे फुल ते पा के जिताओ। जो साडे सांपला जी ने काम किए आ नरेंद्र मोदी की सरकार दे विच, उन्होंने फगवाड़े दे वास्ते बहुत ही चंगे काम किए, ब्रिज बनाया, पासपोर्ट दफ्तर लिया, और व्यापारी वर्ग वास्ते बहुत ही वधिया काम किए। आदरणीय नरेंद्र मोदी जी ने जो दलित समाज वास्ते बहुत ही वड्डे SC पोस्ट मैट्रिक स्कॉलरशिप स्कीम लिया, और जिहदे आधार दे उत्ते साडे लखां बच्चे पढ़ रहे ने। मैं सारे समाज नूं एक मैसेज देना चाहना वा कि आपां जोर शोर दे नाल 20 तरीक नूं वोटां पाइए, श्री विजय सांपला जी नूं कामयाब बनाइए, और ये सीट जित के श्री नरेंद्र मोदी जी की झोली दे विच पाइए। जय भीम, जय भारत। सत श्री अकाल जी। सत श्री अकाल जी। की लगता है इस बार पंजाब च किस दी सरकार बनेगी? कांग्रेस दी जी। कांग्रेस दी? कारण बस बनूगी जी, कांग्रेस बनूगी। अच्छा, हां जी। फगवाड़ा दी कोई मांग होवे जेड़ी कि काफी लंबे समय तो तुसी लोग मांगदे हो? नहीं, इस बारी धारीवाल साहब ने पूरा सब कुछ पूरा किया, लोगों के गलियां सब कुछ बनाया, लोगों नु देखिया जाके जो उन्होंने प्रॉब्लम सी वो सॉल्व कीतियां सारियां उन्होंने। हां जी, ग्रेट है वो। ठीक है जी। इन्हों का कहना है कि इस बार पंजाब दे विच कांग्रेस सरकार बनेगी, होर लोगों तो भी उन्होंने राय जान लेने। सत श्री अकाल जी। की लगता है पंजाब च किस दी सरकार बनेगी? नहीं तो कांग्रेस ही है पक्के, बने के दी मर्जी बने, वोट कांग्रेस नूं पाई दी है। लगता है कि कांग्रेस इस बार बहुमत लेगी? लेनी चाहिए जी, अभी तो पहले से वोट पा रहे हैं। तुसी की कहने हो? कांग्रेस ही आऊगी। कारण? ਕਾਨੂੰ ਜੀ ਹੁਣ ਕੰਮ ਸਹੀ ਕਰਦਾ, ਪਹਿਲਾਂ ਚੰਨੀ ਨੇ ਸਹੀ ਕੀਤੇ ਹਿਸਾਬ ਨਾਲ ਆਊਗਾ ਜੀ ਕਾਂਗਰਸ। ਉਮੀਦ ਪੂਰੀ 99% ਚੰਨੀ ਦੀ ਹੈ, ਬਾਕੀ ਪਤਾ ਨਹੀਂ ਹੋਣਾ। ਹਾਂਜੀ, ਠੀਕ ਹੈ ਜੀ। ਹੋਰ ਵੀ ਇੱਥੇ ਲੋਕ ਨੇ, ਉਹਨਾਂ ਤੋਂ ਵੀ ਪੁੱਛ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਇਸ ਵਾਰ ਪੰਜਾਬ 'ਚ ਕਿਸ ਦੀ ਸਰਕਾਰ ਬਣੇਗੀ? ਦੇਖੋ, ਜਿਹੜੀ ਟੌਪ ਲੈਵਲ 'ਤੇ ਆਊਗੀ ਉਹ ਤਾਂ ਕਾਂਗਰਸ ਆਊਗੀ, ਲੇਕਿਨ ਜੇ ਹਲਕੇ ਫੁਗਾੜੇ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਇਸ ਟਾਈਮ ਜਿਹੜਾ ਜ਼ੋਰ ਹੈਗਾ ਆਮ ਆਦਮੀ ਪਾਰਟੀ ਝਾੜੂ ਦਾ ਹੈਗਾ ਜੀ। ਅੱਛਾ ਜੀ। ਹਾਂਜੀ, ਅਤੇ ਕਿਉਂਕਿ ਜਿੰਨੀ ਆਪਾਂ ਡਿਵੈਲਪਮੈਂਟ ਚਾਹੁੰਦੇ ਸੀ ਫਗਵਾੜੇ ਦੇ ਵਿੱਚ, ਇੰਨੀ ਡਿਵੈਲਪਮੈਂਟ ਹੋਈ ਨਹੀਂ ਹੈਗੀ। ਕਿ ਸੜਕਾਂ ਦੇ ਹਾਲ ਦੇਖ ਲਓ, ਕਿਸੇ ਪਾਸੇ ਵੀ ਜਾ ਕੇ ਦੇਖ ਲਓ, ਕਿਸੇ ਨਜ਼ਰ ਦੇਖ ਲਓ, ਜੇ ਆਪਾਂ ਸ਼ਹਿਰੀ ਖੇਤਰ ਦੇ ਵਿੱਚ ਆ ਜਾਓ ਜਾਂ ਪਿੰਡਾਂ ਦੇ ਖੇਤਰ ਦੇ ਵਿੱਚ ਆ ਜਾਓ, ਕੋਈ ਡਿਵੈਲਪਮੈਂਟ ਹੋਈ ਨਹੀਂ।
ठीक है। इस करके जो लोग आ 75 ईयर तो अपना बदलाव चाहते हैं, वो बदलाव वाल तुरे हुए भी असं एक बार बदलाव करके देखना, जो 5 साल आही आम आदमी पार्टी झाड़ू में देकर देखने। फगवाड़े च बहुत सारा उद्योग है पर हाले तक इन जिला नहीं बनाया गया, काफ़ी लंबे समय तो लोगों की मंग है। देखो जी ये काफ़ी देर तो संघर्ष चलता, लेकिन जिन्हें भी कोई एम पी है कोई MLA है उन्होंने प्रोमिस किया फगवाड़े को अं जिला बनावे, बहुत बड़ी बड़ी अं कमर्शियल जिहड़ियां बिल्डिंगा उहदे विच बना के तब्दील करांगे, लेकिन ये वादा ही लगते हैं जी। मैनूं तां कुछ होया नहीं है, जे आप चाहिए कोई डेफिनेटली हो जाऊ नहीं शोर नहीं है। नौजवान भी ने फैमिलीज आई हुई ने उन्हों तो पुछते हैं कि आखिर फगवाड़ा के लोग की सोचते हैं कि पंजाब दे विच किसकी सरकार आने वाली है। की लगता है पंजाब च किसकी सरकार बनेगी? ਅਸੀਂ ਤਾਂ ਜੀ ਕਿਸਾਨਾਂ ਨੂੰ ਵੋਟ ਪਾਵਾਂਗੇ। ਕਿਸਾਨਾਂ ਨੂੰ? ਹਾਂਜੀ। ਤਾਂ ਲੱਗਦਾ ਕਿਸਾਨ ਜਿੱਤ ਜਾਣਗੇ? ਨਹੀਂ ਜਿੱਤਣ ਨਾ ਜਿੱਤਣ, ਅਸੀਂ ਤਾਂ ਉਹਨਾਂ ਨੂੰ ਵੋਟ ਪਾਉਣੀ ਆ। ਅੱਛਾ ਜੀ। ਹਾਂਜੀ ਬਾਕੀ ਸਰਕਾਰ ਜਿਹੜੀ ਮਰਜ਼ੀ ਬਣੇ ਅਸੀਂ ਤਾਂ ਆਪਦੇ ਪਿੰਡ ਦਾ ਚਲੋ ਜਿੱਦਾਂ ਮਰਜ਼ੀ ਆ ਜਿਹੜੀ ਮਰਜ਼ੀ ਬਣੇ ਅਸੀਂ ਤਾਂ ਆਪਦੇ ਪਿੰਡ ਦਾ ਕੰਮ ਕਰਾਵਾਂਗੇ ਵਧੀਆ ਨਾਲ ਰਲ ਕੇ। ਠੀਕ ਹੈ ਜੀ। ਹਾਂਜੀ ਮੰਗ ਕੀ ਹੈ ਫਗਵਾੜਾ ਦੇ ਲੋਕਾਂ ਦੀ? ਮੰਗ ਕੀ ਇਹੀ ਆ ਜੀ ਬਸ ਵਧੀਆ ਚੱਲੀ ਜਾਵੇ ਸਾਰਾ ਕੁਛ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ। ਚੱਲਦੇ ਅੱਗੇ ਹੋਰ ਲੋਕਾਂ ਦੀ ਵੀ ਰਾਏ ਜਾਣ ਲੈਂਦੇ ਹਾਂ, ਇੱਥੇ ਨੌਜਵਾਨ ਨੇ ਕੁਝ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਲੱਗਦਾ ਇਸ ਵਾਰ ਪੰਜਾਬ 'ਚ ਕਿਸ ਦੀ ਸਰਕਾਰ ਆਏਗੀ? ਜੀ ਸਾਨੂੰ ਕੋਈ ਆਈਡੀਆ ਹੈ ਨਹੀਂਗਾ, ਬਿਕੋਜ਼ ਸਾਡਾ ਪੋਲੀਟਿਕਸ਼ੀਅਨ ਵਿੱਚ ਇੰਟਰਸਟ ਨਹੀਂ ਹੈ। ਨਹੀਂ ਪੋਲੀਟਿਕਸ 'ਚ ਤਾਂ ਇੰਟਰਸਟ ਨਹੀਂ ਹੈ ਪਰ ਵੋਟਰ ਹੋ ਤੁਸੀਂ ਇੱਥੋਂ ਦੇ। ਸਾਡਾ ਵੋਟਰ ਆਮ ਆਦਮੀ ਪਾਰਟੀ ਆਊਗੀ ਇਸ ਵਾਰ। ਕਾਰਨ ਕੀ ਹੈ? ਕਿਉਂਕਿ ਦਿੱਲੀ ਵਿੱਚ ਡਿਵੈਲਪਮੈਂਟ ਬਹੁਤ ਕੀਤੀ ਉਹਨਾਂ ਨੇ। ਦਿੱਲੀ ਦੇ ਮਾਡਲ ਨੂੰ ਲੈ ਕੇ ਚੱਲ ਰਹੇ? ਹਾਂਜੀ। ਪੰਜਾਬ 'ਚ ਆਏਗੀ ਇਸ ਵਾਰ? ਹਾਂਜੀ ਆਜੂ, ਕਿ ਸਟੂਡੈਂਟਸ ਦਾ ਫਾਇਦਾ ਸਾਡੇ ਜੇ ਆਮ ਆਦਮੀ ਆ ਗਈ ਲੈ ਕੇ, ਤਾਂ ਦਿੱਲੀ ਵਿੱਚ ਕਾਫੀ ਫੈਸਿਲਿਟੀਜ਼ ਦਿੱਤੀਆਂ ਉਹਨਾਂ ਨੇ, ਬਾਕੀ ਤਾਂ ਕੋਈ ਦਿੰਦੇ ਨਹੀਂ ਹੈ, ਇੱਥੇ ਚੋਰੀ ਆ। ਪਹਿਲਾਂ ਨਹੀਂ ਮਿਲੀ ਕੋਈ ਫੈਸਿਲਿਟੀ? ਕੋਈ ਫੈਸਿਲਿਟੀ ਨਹੀਂ ਮਿਲੀ, ਇਹ ਤਾਂ ਕਹਿੰਦੇ ਸੀ ਸਾਨੂੰ ਐਜੂਕੇਸ਼ਨ ਫ੍ਰੀ ਕਰੂਗੇ, ਕੋਈ ਐਜੂਕੇਸ਼ਨ ਫ੍ਰੀ ਨਹੀਂ ਆ। ਹਾਂਜੀ ਠੀਕ ਹੈ। ਤਾਂ ਇੱਥੇ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਆ ਜਾਏਗੀ ਤਾਂ ਉਹਨਾਂ ਨੂੰ ਬਹੁਤ ਸਾਰੇ ਫਾਇਦੇ ਹੋਣਗੇ, ਐਜੂਕੇਸ਼ਨ ਜਿਹੜੀ ਆ ਉਹ ਫ੍ਰੀ ਚਾਹੀਦੀ ਹੈ। ਅਤੇ ਚੱਲਦੇ ਹਾਂ ਹੋਰ ਲੋਕਾਂ ਦੇ ਕੋਲ ਵੀ, ਉਹਨਾਂ ਤੋਂ ਵੀ ਜਾਣਦੇ ਆ ਕਿ ਉਹਨਾਂ ਦੀ ਕੀ ਰਾਏ ਹੈ। ਸਤਿ ਸ਼੍ਰੀ ਅਕਾਲ ਬਾਬਾ ਜੀ। ਹਾਂਜੀ। ਕੀ ਲੱਗਦਾ ਇਸ ਵਾਰ ਪੰਜਾਬ 'ਚ ਕਿਸ ਦੀ ਸਰਕਾਰ ਬਣੇਗੀ? ਜਿਹਦੀ ਮਰਜ਼ੀ ਬਣਾ ਦਿਓ ਜੀ, ਬਣਾਉਣੀ ਤਾਂ ਤੁਸੀਂ ਹੈ। ਨਹੀਂ ਤੁਸੀਂ ਵੀ ਬਣਾਉਣੀ ਆ, ਤੁਸੀਂ ਬਣਾਓਗੇ ਤਾਂ ਫਿਰ ਇਹ ਗੱਲ ਬਣਨੀ। ਲੱਗਦਾ ਕਿ ਇਸ ਵਾਰ ਕੋਈ ਇੱਕ ਸਰਕਾਰ ਬਣ ਜਾਏਗੀ? ਨਹੀਂ ਖਿਚੜੀ ਬਣੀ ਹੈ, ਇੱਕ ਸਰਕਾਰ ਤਾਂ ਨਹੀਂ ਬਣਦੀ। ਅੱਛਾ ਜੀ। ਹਾਂਜੀ ਹਾਂਜੀ। ਤੁਹਾਡੀ ਪਸੰਦ ਕੀ ਹੈ? ਪਾ ਦਿਓ ਆਮ ਪਾਰਟੀ ਬਣਾ ਦਿਓ। ਆਮ ਆਦਮੀ ਪਾਰਟੀ? ਹੋਰ ਠੀਕ ਹੈ ਜੀ। ਇੱਥੇ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਬਣਾ ਦਿਓ, ਉਹਨਾਂ ਦੀ ਜਿਹੜੀ ਪਸੰਦ ਹੈ ਆਮ ਆਦਮੀ ਪਾਰਟੀ ਆ। ਚੱਲਦੇ ਹਾਂ ਹੋਰ ਲੋਕਾਂ ਤੋਂ ਵੀ ਪੁੱਛਦੇ ਹਾਂ ਕਿ ਉਹਨਾਂ ਦੀ ਕੀ ਰਾਏ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਪੰਜਾਬ 'ਚ ਕਿਸ ਦੀ ਸਰਕਾਰ ਬਣੇਗੀ? ਦੇਖੋ ਜੀ ਐਤਕੀ ਫਸਮਾਂ ਹੀ ਘੋਲਿਆ, ਦੇਖੋ ਪੱਕਾ ਨਹੀਂ ਕਹਿ ਸਕਦੇ। ਮਤਲਬ ਇੱਕ ਸਰਕਾਰ ਨਹੀਂ ਬਣਦੀ? ਕੋਈ ਪਤਾ ਨਹੀਂ ਜੀ ਪੱਕਾ। ਤੁਹਾਡੀ ਸਪੋਰਟ ਕਿਹਨੂੰ ਹੈ? ਅਸੀਂ ਤਾਂ ਜੀ ਆਮ ਆਦਮੀ ਪਾਰਟੀ ਨੂੰ ਵੋਟ। ਆਮ ਆਦਮੀ ਪਾਰਟੀ? ਹਾਂਜੀ ਹਾਂਜੀ। ਲੱਗਦਾ ਆਮ ਆਦਮੀ ਪਾਰਟੀ ਇੱਥੇ ਵਿਕਾਸ ਕਰੇਗੀ? ਹਾਂਜੀ ਕਰੇਗੀ, ਕਿਉਂਕਿ ਭਗਵੰਤ ਮਾਨ ਇੱਕ ਇਮਾਨਦਾਰ ਸ਼ਖਸ ਹੋਣ ਦੇ ਕਰਕੇ ਸਾਨੂੰ ਆਸ ਆ ਵੀ ਉਹ ਜ਼ਰੂਰ ਪੰਜਾਬ ਦਾ ਭਲਾ ਕਰੇਗਾ। ਤਾਂ ਇਹ ਸੀ ਫਗਵਾੜਾ ਦੇ ਲੋਕਾਂ ਦੇ ਦਿਲ ਦਾ ਹਾਲ, ਪ੍ਰੋਗਰਾਮ ਹਾਲ ਕੀ ਹੈ ਦੇ ਰਾਹੀਂ ਅਸੀਂ ਅੱਜ ਜਾਣਿਆ ਕਿ ਫਗਵਾੜਾ ਦੇ ਲੋਕ ਆਖਿਰ ਕੀ ਸੋਚਦੇ ਨੇ, ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਆਉਣ ਵਾਲੀ ਹੈ ਅਤੇ ਸੱਤਾ ਕਿਸ ਦੇ ਹੱਥ ਦੇ ਵਿੱਚ ਦੇਣ ਵਾਲੇ ਨੇ, ਅਤੇ ਫਗਵਾੜਾ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਜਾਂ ਮੰਗਾਂ ਨੇ ਉਹ ਕੀ ਨੇ। ਕੈਮਰਾਮੈਨ ਪਵਨ ਕਨੋਜੀਆ ਦੇ ਨਾਲ ਰਜਿੰਦਰ ਕੌਰ, ਫਗਵਾੜਾ।